दोस्तों वाह खेती दे इस अंक दे विच तुहाडा बड़ा स्वागत है जी। बहुत बहुत अज मैं तुहानू दिखा रहा जी बीकीपिंग दे उपर कई पिंडां दे विच बड़ा वधिया काम हो रहा हैगा। मैं तुहानू मैं मिलावांगा वी इहनां दे नाल सारिआं नाल वीरां नाल। ये किसान साडी साथी इत्थे हैगे है, ये बरवाला दे कोल हैगा जी, बिल्कुल बरवाला ही आपां कह दईए हरियाणा दे विच है, पंजाब दे बॉर्डर दे उपर ही ये कस्बा एक शहर हैगा जी। इन्होंने बड़ी देर तो बीकीपिंग दा कम इत्थे कर रहे हैगे जी, काफ़ी सक्सैसफुल लोग हैगे, बड़े कामयाब लोग हैगे जी। तो इन्हां नूं की दिक्कतां आउंदियां, कित्थे कित्थे प्रसार कर रहे हैगे है मक्खी पालन दा। साडे नाल इत्थे मौजूद हैगे जी, अपना शुभ नाम की हैगा जी? हरिंदर शर्मा जी। ये किहड़ा शहर है, किहड़ा पिंड हैगा जी, मैनूं दस्सो जी? बरवाला हैगा, बरवाला हरियाणे दे विच हैगा जी। दो बरवाले हैगे, एक हिसार दे कोल हैगा, एक पंचकूला दे कोल बरवाला हैगा जी। आपां जे मक्खी पालन दा धंधा किसी ने करना होवे तां कित्थों शुरुआत करनी पैंदी हैगी जी? कम से कम जी 20 बक्सियां तों शुरू करो। अच्छा जी, 20 बक्से घट्टो घट चाहीदे हैगे जी। तो इहदा कित्थों दी समान कित्थों मिलदा, किस तरह हैगा? साडे जिहड़े नवें कोई शुरू करना चाहुंदे हैगे आ, ਅੰਬਾਲੇ ਤੋਂ ਮਿਲ ਜਾਂਦਾ, ਮਧੂਮੱਖੀ ਦੇ ਵੈਸੇ ਵੀ ਕੀਪਰ ਤੋਂ ਹੀ ਮਿਲਦੀ ਆ। ਅੱਛਾ, ਤੁਹਾਡੇ ਕੋਲ ਅਵੇਲੇਬਲ ਹੈਗਾ ਜੀ, ਹੈ ਨਾ? ਤੁਸੀਂ ਵੀ ਪ੍ਰੋਵਾਈਡ ਕਰ ਸਕਦੇ ਹੈ ਨਾ? ਫਲ ਤੋਂ ਦੇ ਦਿੰਦੇ ਆ। ਅੱਛਾ ਜੀ, ਨਹੀਂ ਸਾਨੂੰ ਤੋਂ ਚੇਂਜ ਕਰਨੀ ਪੈ ਜਾਂਦੀ ਆ। ਅੱਛਾ ਜੀ, ਤੇ ਆਪਾਂ ਜੇ ਇੱਕ ਹਿਸਾਬ ਲਗਾਈਏ ਤੇ ਘੱਟੋ ਘੱਟ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈਗੀ ਕਿਸੇ ਵੀ ਕਿਸਾਨ ਵੀਰ ਨੇ ਜੇ ਇਸ ਧੰਦੇ ਨੂੰ ਅਪਣਾਉਣਾ ਹੈਗਾ ਤਾਂ? ਜੀ ਹੁੰਦਾ ਜੀ, ਅਕਤੂਬਰ ਨਵੰਬਰ ਤੋਂ ਸ਼ੁਰੂ ਕਰਨ ਦਾ ਫਾਇਦਾ ਰਹਿੰਦਾ। ਅੱਛਾ ਜੀ, ਹਾਂਜੀ, ਇਹ ਅਕਤੂਬਰ ਨਵੰਬਰ ਤੋਂ ਇਹ ਸ਼ੁਰੂ ਹੋ ਜਾਂਦਾ ਹੈਗਾ ਜੀ। ਅੱਗੇ ਸੀਜ਼ਨ ਰਹਿੰਦਾ, ਮਤਲਬ ਸਮਝ ਲਓ 6 ਮਹੀਨੇ ਰਹੀ ਆ ਵੈਸੇ ਸੀਜ਼ਨ ਦਾ ਜੀ ਇਹਦਾ। ਅੱਛਾ ਜੀ, ਹਾਂਜੀ, ਪ੍ਰੋਫਿਟ ਵਾਲਾ 6 ਮਹੀਨੇ ਦਾ। ਹਾਂਜੀ, ਬਾਕੀ ਤਾਂ ਇਹ ਮਤਲਬ ਸ਼ਾਇਦ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜਾਂਦਾ ਜੀ? ਆਪਾਂ ਜੇ ਸ਼ਾਇਦ ਦੀ ਗੱਲ ਕਰੀਏ ਤਾਂ ਜੀ ਆਪਾਂ ਸ਼ਾਇਦ ਸੀਜ਼ਨ ਪਰ ਡਿਪੈਂਡ ਕਰਦਾ ਜਿਸ ਤਰ੍ਹਾਂ ਜਿੱਥੇ ਮਤਲਬ ਫਲੋਦਾ ਜ਼ਿਆਦਾ ਹੋਊਗਾ ਜਿੱਦਾਂ ਸਰੋਂ 'ਚ। ਜਿਸ ਤਰ੍ਹਾਂ ਮਤਲਬ ਜਿੱਥੇ ਸਰੋਂ ਜ਼ਿਆਦਾ ਹੁੰਦੀ ਆ ਉੱਥੇ ਮੱਖੀ ਲੈ ਜਾਂਦੇ, ਫਿਰ ਉੱਥੇ ਮਤਲਬ ਜਲਦੀ ਹੋ ਜਾਂਦਾ, ਹਫ਼ਤੇ 'ਚ ਵੀ ਹੋ ਜਾਂਦਾ, 10 ਦਿਨ 'ਚ ਵੀ ਹੋ ਜਾਂਦਾ, ਕਈ ਵਾਰ ਜੇ ਫਲੋਦਾ ਨਾ ਹੋਵੇ ਤਾਂ ਮਹੀਨਾ ਵੀ ਲੱਗ ਜਾਂਦਾ। ਮਤਲਬ ਫਲੋਰਾ ਇਹਦਾ ਤੁਸੀਂ ਸਾਨੂੰ ਮਤਲਬ ਆਪਾਂ ਜੇ ਸਪਸ਼ਟ ਸਿੰਪਲ ਭਾਸ਼ਾ 'ਚ ਆਪਾਂ ਜੇ ਗੱਲ ਕਰੀਏ ਤਾਂ ਇਹ ਕਿਸ ਤਰ੍ਹਾਂ ਤੁਸੀਂ ਪਤਾ ਲੱਗਿਆ ਕਿ ਤੁਸੀਂ ਦੂਸਰੀ ਜਗ੍ਹਾ 'ਤੇ ਵੀ ਇੱਥੋਂ ਦੀ ਇਹਨਾਂ ਨੂੰ ਲੈ ਕੇ ਜਾਂਦੇ ਹੋ ਨਾ? ਪਤਾ ਜਿਸ ਤਰ੍ਹਾਂ ਦੇ ਵਾੜੀ ਹੋ ਗਿਆ, ਹਾਂਜੀ, ਹੋ ਗਿਆ, ਮਤਲਬ ਇੱਧਰ ਆਪਾਂ ਹਰਿਆਣੇ 'ਚ ਵੀ ਹੈਗੀ ਸਰੋਂ ਦਾ, ਪੰਜਾਬ 'ਚ ਤਾਂ ਵੈਸੇ ਘੱਟ ਹੈ ਸਰੋਂ। ਅੱਛਾ ਜੀ, ਰਾਜਸਥਾਨ ਕੋਟਾ 'ਚ ਵੀ ਹੈਗੀ ਹੈ। ਅੱਛਾ ਜੀ, ਹਾਂਜੀ, ਅਤੇ ਤੁਹਾਡਾ ਕਹਿਣ ਦਾ ਕਿ ਮਤਲਬ ਹੈ ਕਿ ਜਿੱਥੇ ਸਰੋਂ ਦੀ ਖੇਤੀ ਜ਼ਿਆਦਾ ਹੁੰਦੀ ਹੈਗੀ ਹੈ ਇਹ ਤੁਸੀਂ ਉੱਥੇ ਬਕਸੇ ਜਿਹੜੇ ਡੱਬੇ ਹੈਗੇ ਉੱਥੇ ਤੁਸੀਂ ਲੈ ਕੇ ਜਾਂਦੇ, ਸ਼ਿਫਟ ਕਰਦੇ ਹੋ ਉੱਥੇ? ਜਾਵਾਂਗੇ ਹੁਣ, ਮਤਲਬ। ਅੱਛਾ ਜੀ, 10 ਦਿਨ ਤੱਕ। ਠੀਕ ਹੈ ਜੀ, ਉੱਥੇ ਫਿਰ ਕਿੰਨੀ ਦੇਰ ਤੁਸੀਂ ਰੱਖਦੇ ਇਹਨਾਂ ਨੂੰ? ਇਹ 2-2.5 ਮਹੀਨੇ ਰਹਿੰਦੇ ਆ ਜੀ। 2-2.5 ਮਹੀਨੇ ਉੱਥੇ ਤੁਸੀਂ ਰੱਖਦੇ ਹੋ, ਨਾਲ ਤੁਹਾਡੇ ਤੁਸੀਂ ਜਾਂ ਹੋਰ ਤੁਹਾਡੇ ਬੰਦੇ ਵੀ ਉੱਥੇ ਸਾਥੀ ਜਿਹੜੇ ਹੈਗੇ ਉੱਥੇ ਉਹ ਰਹਿੰਦੇ ਹੈਗੇ ਆ ਜੀ? ਅਤੇ ਠੀਕ ਹੈ ਜੀ, ਅਤੇ ਆਪਾਂ ਜੇ ਆਪਾਂ ਪ੍ਰੋਫਿਟ ਦੀ ਆਪਾਂ ਜੇ ਗੱਲ ਕਰੀਏ ਇਹਦੇ ਵਿੱਚ, ਹੈ ਨਾ, ਇਹਦਾ ਕਿੰਨਾ ਕੁ ਪ੍ਰੋਫਿਟ ਹੈਗਾ ਜੀ ਹੁੰਦਾ ਇਹਦੇ ਵਿੱਚ? ਠੀਕ ਤਾਂ ਜੀ, ਹੁਣ ਤਾਂ ਪ੍ਰੋਫਿਟ ਦਾ ਮਤਲਬ ਕਈ ਸਾਲਾਂ ਤੋਂ ਡਾਊਨ ਚੱਲ ਰਿਹਾ ਜੀ ਬੀਕੀਪਿੰਗ। ਅੱਛਾ ਜੀ, ਬੀਕੀਪਿੰਗ ਦਾ ਜੀ ਕਈ ਹੁਣ ਲੱਗ ਗਈ ਜੀ, ਸਪਰੇ ਹੋਣ ਲੱਗ ਗਈ ਹਰੇਕ ਫਸਲ 'ਤੇ। ਪਹਿਲਾਂ ਸਪਰੇ ਨਹੀਂ ਹੁੰਦੀ ਸੀ, ਪਹਿਲਾਂ ਬਹੁਤ ਕੰਮ ਅੱਛਾ ਤਾ ਇਹ, 4-5 ਸਾਲ ਤੋਂ ਬੀਕੀਪਿੰਗ ਬਹੁਤ ਮਤਲਬ ਘੱਟ ਜੀ ਹੈ ਜੀ, ਮਤਲਬ ਘੱਟ ਦੇ ਵਿੱਚ ਚੱਲ ਰਿਹਾ ਜੀ, ਕਹਿਣਾ ਜੋ ਮਰਜ਼ੀ ਕਹੀਓ, ਕਿਸੇ ਨੂੰ ਪ੍ਰੋਫਿਟ ਹੋ ਗਿਆ ਕਿਸੇ ਨੂੰ ਨਾ ਹੋਇਆ, ਲੋਸ 'ਚ ਆ ਵੈਸੇ। ਹਾਂ, ਮਤਲਬ ਇਹ ਕਿ 1 ਸਾਲ 'ਚ ਪ੍ਰੋਫਿਟ ਹੋ ਵੀ ਗਿਆ। ਹਾਂਜੀ, ਹੁਣ ਦੇਖੋ ਮਤਲਬ ਕਣਕ ਦੇ ਸਪਰੇ ਹੋਣੀ ਆ, ਘਾਹ ਦੀ ਘਾਹ ਦੀ ਸਪਰੇ ਹੋਣੀ ਆ, ਇਹਦੇ ਵਿੱਚ ਵੀ ਪਾਣੀ ਪੀਊ ਮੱਖੀ, ਜਾ ਕੇ ਮਤਲਬ ਉਸ ਦਾ ਪਾਣੀ ਪੀਊਗੀ, ਇਹਦੇ ਵਿੱਚ ਵੀ ਮਤਲਬ ਮੱਖੀ ਮਰੂਗੀ ਉਹ, ਮਤਲਬ ਹਰੇਕ ਚੀਜ਼ ਦੇ ਪਰ ਸਪਰੇ ਲੱਗ ਗਏ ਹੁਣ। ਇਸ ਗੱਲ ਕਰਕੇ ਵੀ ਕੀਪਿੰਗ ਦਾ ਕੰਮ ਘੱਟਦਾ ਜਾ ਰਿਹਾ, ਮੇਨ ਕਾਰਨ ਤਾਂ ਵੈਸੇ ਇਹ ਆ। ਜਿਹੜੇ ਪੁਰਾਣੇ ਬੰਦੇ ਕੰਮ ਕਰ ਰਹੇ ਆ, ਜਿਹੜੇ ਪੁਰਾਣੇ, ਮੈਂ ਬਹੁਤ ਪੁਰਾਣਾ। ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਕੰਮ? ਹੋ ਗਏ 18 ਸਾਲ ਕੰਮ, 20 ਸਾਲ ਹੋ ਗਏ ਹੁਣ ਜੀ। 20 ਸਾਲ ਹੋ ਗਏ ਤੁਹਾਨੂੰ ਇਸ? 20 ਸਾਲ ਦੇ ਵਿੱਚ ਅਸੀਂ ਮਤਲਬ ਹੁਣ 4-5 ਸਾਲ ਤੋਂ ਕੰਮ ਇਹ ਘੱਟ ਜਾ। ਅੱਛਾ, ਕਾਰਨ ਮੇਨ ਚੀਜ਼ ਹੈਗਾ ਸਪਰੇਆਂ ਹੋਣੀਆਂ, ਮਤਲਬ ਫਸਲ 'ਤੇ ਸਪਰੇ, ਹਰੇਕ ਚੀਜ਼ 'ਤੇ ਸਪਰੇ ਲੱਗ ਗਈ ਹੁਣ। ਹੁਣ ਜਿੱਦਾਂ ਜੀਰੀ ਹੁੰਦੀ ਆ, ਜੀਰੀ ਦੇ ਉੱਪਰ ਪਹਿਲਾਂ ਤਾਂ ਅਸੀਂ ਘਾਹ ਦੀ ਦੋਈ ਪਾਉਂਦੇ ਹਾਂ, ਉਹਦਾ ਹੀ ਸਪਰੇ ਹੁੰਦੀ ਆ, ਫਿਰ ਉਸ ਤੋਂ ਬਾਅਦ ਫੇਰ ਆ ਜਾਂਦਾ ਕੀੜਾ ਕੂੜਾ ਆ ਜਾਂਦਾ, ਫਿਰ ਸਪਰੇ ਹੁੰਦੀ ਆ, ਸਪਰੇਆਂ ਹੀ ਹੋਈ ਜਾਂਦੀਆਂ ਮਤਲਬ ਹਰੇਕ ਫਸਲ 'ਤੇ। ਇਸ ਗੱਲ ਕਰਕੇ ਸਪਰੇਆਂ ਹੋਣੇ ਕਰਕੇ ਬੀ ਕੀਪਿੰਗ ਦਾ ਕੰਮ ਫੇਲ ਹੋ ਗਿਆ ਵੈਸੇ, ਮੇਨ ਚੀਜ਼ ਇਹ ਆ। ਇਹ ਆਪਣੇ ਦੇ ਕੋਈ ਕੰਟਰੋਲ ਨਹੀਂ, ਕੋਈ ਨਾ ਹੀ ਸਾਡੀ ਮਤਲਬ ਹੁਣ ਪਿੱਛੇ ਜੇ ਡਿਵੈਲਪਮੈਂਟ ਤਾਂ ਘੱਟ ਹੋ ਗਈ, ਮਤਲਬ ਸ਼ਾਇਦ ਰੇਟ ਵੀ ਨਹੀਂ ਮਿਲਦਾ ਹੈਗਾ। ਹਾਂ, ਜੇ ਰੇਟ ਦੀ ਆਪਾਂ ਜੇ ਗੱਲ ਕਰੀਏ ਤੇ ਕੀ ਰੇਟ ਤੁਹਾਡਾ ਮਤਲਬ? ਜੀ ਸਾਡਾ 70 ਰੁਪਏ ਕਿਲੋ ਨੂੰ ਗਿਆ। 70 ਰੁਪਏ ਕਿਲੋ? ਕਿਲੋ ਗਿਆ। ਓਹੋ, ਅੱਛਾ ਜੀ, ਲੇਕਿਨ ਬਾਜ਼ਾਰ ਦੇ ਵਿੱਚ ਤਾਂ 150, ਉਸ ਤੋਂ ਪਹਿਲਾਂ ਸਾਡਾ 150 ਤੱਕ ਗਿਆ ਜੀ। ਲੇਕਿਨ ਬਾਜ਼ਾਰ ਦੇ ਵਿੱਚ ਤਾਂ ਬਹੁਤ ਹੀ ਮਹਿੰਗੀ ਕੀਮਤ ਦੇ ਉੱਪਰ ਇਹ ਵੇਚਿਆ ਜਾਂਦਾ ਹੈਗਾ ਜੀ। ਸਾਡਾ ਤਾਂ 70 ਦੇ ਵੱਧ ਨਹੀਂ ਜਾਂਦਾ ਜੀ, ਮਤਲਬ 70 ਵੀ ਹਾਂ, ਹੁਣ ਪਿੱਛੇ ਜੇ ਇਹਦਾ ਤਾਂ ਮਲਟੀ ਦਾ ਕਹਿ ਦਿੰਦੇ ਹਾਂ, 3-4 ਹੁੰਦੇ ਆ, ਮਲਟੀ ਦਾ ਗਿਆ ਸਾਡਾ ਮਤਲਬ
100 125 ਉਹਦੇ ਪਰ ਸਾਡੀ ਲੇਵਲ ਬਹੁਤ ਆ ਜਾਂਦੀ ਆ ਜੰਗਲਾਂ 'ਚ ਜਾ ਕੇ ਰੱਖਣੀ ਪੈਂਦੀ ਆ ਨਹੀਂ ਜਿਹੜਾ ਰੇਟ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਬੜਾ ਹੈਰਾਨੀ ਦੀ ਗੱਲ ਹੋ ਰਹੀ ਹੈ ਕਿ ਇਹ ਮਤਲਬ 70 ਰੁਪਏ ਤੁਸੀਂ 70 ਰੁਪਏ 60 ਰੁਪਏ ਵੀ ਜ਼ਬਰਦਸਤੀ ਚਕਾਇਆ ਲੋਕਾਂ ਦਾ ਹੁਣ ਤੱਕ ਵੀ ਪਿਆ ਉਹ ਉਸ ਤੋਂ ਬਾਅਦ ਪਰਚੇਜ਼ ਨਹੀਂ ਹੋਈ ਹੈਗੀ ਅੱਛਾ ਜੀ ਸਰਕਾਰਾਂ ਦੇ ਵਿੱਚ ਕੋਈ ਮਦਦ ਨਹੀਂ ਕਰਦੀਆਂ ਸਰਕਾਰ ਤਾਂ ਜੀ ਬਸ ਕਹਿਣੇ ਦੇ ਗੱਲਾਂ ਜੀ ਗੱਲਾਂ ਦਾ ਜਦੋਂ ਤੇ ਹੋਰ ਮੈਨੂੰ ਗੱਲ ਦੱਸੋ ਕਿ ਇਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ 3-4 ਤਰ੍ਹਾਂ ਦੀ ਇਹਦੇ ਵਿੱਚ ਵਰਾਇਟੀ ਆਉਂਦੀ ਸ਼ਾਇਦ ਦੀ ਵਰਾਇਟੀ 3-4 ਤਰ੍ਹਾਂ ਦੀ ਹੁੰਦੀ ਹੈ ਨਾ ਜਿਸ ਤਰ੍ਹਾਂ ਸੂਰਜਮੁਖੀ ਹੋ ਗਈ ਮਲਟੀ ਹੋ ਗਈ ਸਰੋਂ ਹੋ ਗਈ ਮਲਟੀ 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 ਕੀ ਚੀਜ਼ ਹੈਗੀ ਹੈ ਉਹਨੂੰ ਕੜੀ ਪੱਤਾ ਕਹਿੰਦੇ ਆ ਜੰਗਲ 'ਚ ਹੁੰਦੀ ਹੈ ਜਿਸ ਤਰ੍ਹਾਂ ਆਪਣੇ ਇੱਧਰ ਨਹੀਂ ਆਪਣੇ ਇੱਧਰ ਜਾਂਦੀ ਆਪਣੇ ਪੰਜਾਬ 'ਚ ਵੀ ਹੈਗੀ ਆ ਇੱਥੇ ਵੀ ਥੋੜ੍ਹੇ ਏਰੀਆ 'ਚ ਹੈਗੀ ਆ ਜਿੱਥੇ ਮਲਟੀ ਹੁੰਦੀ ਆ ਉਹਨੂੰ ਉਹ ਕਹਿੰਦੇ ਆਪਣੇ ਕੜੀ ਪੱਤਾ ਕਹਿੰਦੇ ਜਿਹਨੂੰ ਆਪਾਂ ਪੰਜਾਬੀ 'ਚ ਕੜੀ ਪੱਤਾ ਆਪਾਂ ਕਹਿੰਦੇ ਮਲਟੀ ਨੂੰ ਇੱਕ ਟਾਹਲੀ ਦਾ ਫੁੱਲ ਹੁੰਦਾ ਉਹਦੇ ਵਿੱਚ ਆ ਜਾਂਦਾ ਅੱਛਾ ਜੀ ਹਾਂਜੀ ਕੁਝ ਹੋਰ ਹੁੰਦੇ ਜੰਗਲ 'ਚ ਹਾਂ ਹਾਂ ਤੇ ਜਿੱਦਾਂ ਉਹ ਹੁੰਦਾ ਕੀ ਹੈ ਕਿ ਜਦੋਂ ਆਪਾਂ ਬਾਜ਼ਾਰ 'ਚ ਸ਼ਹਿਦ ਲੈਣ ਜਾਂਦੇ ਤਾਂ ਅਲੱਗ ਅਲੱਗ ਫਲੇਵਰ ਦੇ ਹੁੰਦੇ ਆ ਅਤੇ ਉਹ ਫਲੇਵਰ ਮੇਰਾ ਖਿਆਲ ਇਸ ਤਰ੍ਹਾਂ ਹੀ ਤਿਆਰ ਹੁੰਦਾ ਹੈਗਾ ਫਲੇਵਰ ਹੈ ਨਾ ਜਿੱਦਾਂ ਹੁਣ ਰਾਜਸਥਾਨ ਦੀ ਆਪਾਂ ਗੱਲ ਕਰੀਏ ਨੂੰ ਨਾ ਕਈ ਚੀਜ਼ਾਂ 'ਚ ਲੈਂਦੇ ਹਾਂ ਜਿੱਦਾਂ ਸਫੈਦੇ ਦਾ ਸ਼ਹਿਦ ਹੋ ਗਿਆ ਠੀਕ ਹੈ ਜੀ ਹੋ ਗਿਆ ਸਰੋਂ ਦਾ ਸ਼ਹਿਦ ਹਾਂਜੀ ਇੱਕ ਹੋ ਗਿਆ ਮਲਟੀ ਦਾ ਸਹਿਤ ਬੇਰੀ ਦਾ ਸਹਿਤ ਹੋ ਗਿਆ ਇਹ ਮਤਲਬ ਜਿਹੜੇ ਸਹਿਤ ਹੁੰਦੇ ਆ ਨਾ ਮਤਲਬ ਇਹ ਅਲੱਗ ਅਲੱਗ ਰੇਟ ਥੋੜ੍ਹੇ ਜਿਹਾ ਰੇਟ ਕੋਈ ਅਲੱਗ ਅਲੱਗ ਹੁੰਦਾ ਇਹਨਾਂ ਦਾ ਠੀਕ ਹੈ ਜੀ ਅਤੇ ਤੁਹਾਨੂੰ ਕੀ ਉਮੀਦ ਕੀ ਹੈਗੀ ਹੈ ਕਿ ਜੇ ਇਸ ਧੰਦੇ ਨੂੰ ਜੇ ਆਪਾਂ ਕੀਤਾ ਜਾਵੇ ਤਾਂ ਕੋਈ ਵੀ ਕਿਸਾਨ ਵੀਰ ਕਰੇ ਇਹਨੂੰ ਆਪਾਂ ਸਹਾਇਕ ਧੰਦਾ ਤਾਂ ਆਪਾਂ ਕਰ ਸਕਦੇ ਹਾਂ ਜਾਂ ਨਹੀਂ ਇਹਨੂੰ ਹੈ ਤਾਂ ਜੀ ਪਹਿਲਾਂ ਹੈਗਾ ਸੀਗਾ ਅੱਜ ਤੋਂ 5-7-10 ਸਾਲ ਪਹਿਲਾਂ ਦੀ ਗੱਲ ਜੇ ਆਪਾਂ ਕਰੀਏ ਮਤਲਬ ਬਹੁਤ ਠੀਕ ਤਾਂ ਜੀ ਇਹ ਕੰਮ ਅਸੀਂ ਮਤਲਬ ਠੀਕ ਪੈਸਾ ਕਮਾਇਆ ਤੁਸੀਂ ਪਹਿਲਾਂ ਹਾਂਜੀ ਉਹਦੇ ਨਾਲ ਵੀ ਨੁਕਸਾਨ ਹੋਇਆ ਹੈਗਾ ਜੀ ਠੀਕ ਹੈ ਜੀ ਤੇ ਇੱਕ ਸਾਡੇ ਨਾ ਹਰੀ ਚਿੜੀ ਆਉਂਦੀ ਹੈ ਇੱਕ ਇਸ ਏਰੀਏ ਦੀ ਹਰੀ ਚਿੜੀ ਹੋ ਗਈ ਹਰੀ ਚਿੜੀ ਅੱਛਾ ਜੀ ਉਹ ਇਹਨੂੰ ਮਤਲਬ ਉੜਦੀ ਮੱਖੀ ਨੂੰ ਖਾ ਲੈਂਦੀ ਹੁਣ ਹੀ ਹਟੀ ਆ ਉਹ 20 ਦਿਨ ਤੇ ਅੱਛਾ ਜੀ ਸਰਦੀ ਦੇ ਵਿੱਚ ਘਟ ਜਾਂਦੀ ਉਹ ਗਰਮੀ 'ਚ ਬਹੁਤ ਹੋ ਜਾਂਦੀ ਹੈ ਅੱਛਾ ਜੀ ਉਹ ਆ ਜਾਂਦੀ ਹੈ ਮਈ 'ਚ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਜੀ ਕਿੰਨੇ ਮਹੀਨੇ ਰਹਿੰਦੀ ਉਹ ਇੱਥੇ ਬਸ 6 ਮਹੀਨੇ ਉਹ ਕਦੇ ਵੀ ਮਤਲਬ ਹੋ ਸਕਦੀ ਹੈ ਵੈਸੇ ਉਹ ਜ਼ਿਆਦਾ ਨੁਕਸਾਨ ਉਹਦਾ ਨੁਕਸਾਨ ਮੈਨੂੰ ਇੱਕ ਹੋਰ ਥੋੜ੍ਹਾ ਦੱਸੋ ਕਿ ਕੋਈ ਬੰਦਾ ਚਲੋ ਆਪਾਂ ਇਹ ਬੀ ਕੀਪਿੰਗ ਦੀ ਆਪਾਂ ਗੱਲ ਕਰੀਏ ਤੁਸੀਂ ਬੀ ਕੀਪਿੰਗ ਇੰਨੇ ਸਾਲਾਂ ਤੋਂ ਕਰ ਰਹੇ ਹੋ ਤੁਹਾਡਾ ਕਿੰਨੀ ਪ੍ਰੋਡਕਸ਼ਨ ਕਿੰਨੀ ਹੁੰਦੀ ਹੈਗੀ ਇੱਥੇ ਸ਼ਹਿਦ ਦੀ ਆਪਾਂ ਜੇ ਗੱਲ ਕਰੀਏ ਤਾਂ ਪ੍ਰੋਡਕਸ਼ਨ ਜੀ ਕਿੰਨੇ ਕੁ ਕੁਇੰਟਲ ਸਾਲ ਦੀ ਐਵਰੇਜ ਪ੍ਰਾਕ੍ਰਿਤਿਕ ਚੀਜ਼ ਆ ਇਹ ਮੌਸਮ ਪਰ ਡਿਪੈਂਡ ਕਰਦੀ ਮੌਸਮ 'ਤੇ ਡਿਪੈਂਡ ਕਰਦੀ ਹੈ ਜੇ ਮਤਲਬ 15 ਦਿਨ ਮੰਨ ਲਓ ਮੌਸਮ ਖਰਾਬ ਰਹੇਗਾ ਫੁੱਲ ਨੇ 15 ਦਿਨ ਰਹਿਣਾ 15 ਦਿਨ ਤੋਂ ਬਾਅਦ ਫੁੱਲ ਖਤਮ ਹੋ ਗਿਆ ਸੀਜ਼ਨ ਖਤਮ ਹੋ ਗਿਆ ਠੀਕ ਹੈ ਤੇ ਜਿੱਦਾਂ ਤੁਸੀਂ ਰੇਟ ਦੀ ਗੱਲ ਕੀਤੀ ਹੈਗੀ ਕੋਈ ਮਤਲਬ ਬੰਦਾ ਕੋਈ ਵੀ ਤੁਹਾਡੇ ਤੋਂ ਸ਼ਹਿਦ ਲੈ ਕੇ ਆਪਣਾ ਕੋਈ ਨਵਾਂ ਕੁਛ ਬਿਜ਼ਨਸ ਧੰਦਾ ਸ਼ੁਰੂ ਕਰਨਾ ਚਾਹੁੰਦਾ ਮੇਰੇ ਖਿਆਲ ਉਹ ਬੜਾ ਫਾਇਦੇਮੰਦ ਰਹੇਗਾ ਸਿੱਧਾ ਹੀ ਤੁਹਾਡੇ ਤੋਂ ਪਰਚੇਜ਼ ਕਰਕੇ ਆਪਣੀ ਪੈਕਿੰਗ ਕਰਕੇ ਉਹ ਵੀ ਕਰ ਸਕਦੇ ਹੈਗੇ ਲੋਕ ਕੁਛ ਹੈ ਨਾ ਕਰਦੇ ਵੀ ਹੋਣਗੇ ਜੀ ਹੈ ਨਾ ਤੁਸੀਂ ਨਹੀਂ ਕਰਦੇ ਤੁਸੀਂ ਤਾਂ ਸਿਰਫ ਹਾਂ ਕਿਉਂਕਿ ਹਾਂ ਅਤੇ ਚਲੋ ਠੀਕ ਹੈ ਜੀ ਤੁਸੀਂ ਇਸ ਬਿਜ਼ਨਸ ਦੇ ਵਿੱਚ ਕਈ ਸਾਲਾਂ ਤੋਂ ਹੋ ਪੁਰਾਣੇ ਹੋ ਹੈ ਨਾ ਅਤੇ ਮਤਲਬ ਤੁਹਾਡਾ ਇਹੀ ਕਹਿਣਾ ਹੈਗਾ ਕਿ ਇਸ ਬੀਕੀਪਿੰਗ ਦੇ ਵਿੱਚ ਸਾਡਾ ਮਤਲਬ ਹੈ ਜੀ ਪਰਚੇਜ ਮਤਲਬ ਸੇਲ ਦਾ ਸਾਡਾ ਸਿਸਟਮ ਬਣ ਜਾਵੇ ਨਾ ਤਾਂ ਤਾਂ ਅਸੀਂ ਪ੍ਰੋਫਿਟ ਦੇ ਵਿੱਚ ਆ ਜੇ ਸਾਡਾ ਸੇਲ ਦਾ ਹੀ ਸਿਸਟਮ ਨਹੀਂ ਹੈਗਾ ਸਾਹਿਬ ਦਾ ਤਾਂ ਅਸੀਂ ਘਾਟੇ 'ਚ ਹਾਂ ਤੁਸੀਂ ਜੇ ਸਿੱਧੀ ਤੁਸੀਂ ਡਾਇਰੈਕਟ ਜੇ ਸੇਲ ਕਰੋ ਤਾਂ ਤੁਹਾਨੂੰ ਪ੍ਰੋਫਿਟ ਹੋਏਗਾ ਉਹਦੇ ਵਿੱਚ ਕੁਦਰਤੀ ਗੱਲ ਹੈਗੀ ਹੈ ਜੀ ਮਤਲਬ ਵਿਕਦੀ ਨਹੀਂ ਇੱਕ ਚੀਜ਼ ਕੋਈ ਅਸੀਂ ਮਿਹਨਤ ਕਿੰਨੀ ਕਰ ਲੂੰਗੇ ਬਿਲਕੁਲ 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 ਹੈ ਸਾਰਾ ਇਹ ਖੇਤੀਬਾੜੀ ਨਾਲ ਜੁੜੇ ਹੋਏ ਹੀ ਬਿਜ਼ਨਸ ਹੈਗਾ ਆਪਾਂ ਖੇਤੀਬਾੜੀ ਨਾਲ ਜੁੜਿਆ ਵਾ ਜੀ ਥੋੜਾ ਜਿਹਾ ਬਸ ਮੌਸਮ ਤੇ ਡਿਪੈਂਡ ਕਰਦਾ ਹੈ ਮੌਸਮ ਦੇ ਉੱਪਰ ਵੀ ਡਿਪੈਂਡ ਕਰਦਾ ਮੈਂ ਤੁਹਾਡਾ ਮੇਨ ਇਹੀ ਹੈ ਕਹਿਣਾ ਕਿ ਜੇ ਤੁਸੀਂ ਇਸ ਦੀ ਡਾਇਰੈਕਟ ਸੇਲ ਕਰੋ ਇਸ ਨੂੰ ਸਿੱਧਾ ਤੁਸੀਂ ਮਾਰਕੀਟ ਦੇ ਵਿੱਚ ਵੇਚੋ ਜਿੱਦਾਂ ਮੇਲੇ ਲੱਗਦੇ ਹੈਗੇ ਬਹੁਤ ਸਾਰੇ ਮੇਲੇ ਲੱਗਦੇ ਉੱਥੇ ਤੁਸੀਂ ਸਿੱਧਾ ਸੇਲ ਕਰੋ ਤੇ ਮੇਰਾ ਖਿਆਲ ਉਹ ਜ਼ਿਆਦਾ ਪ੍ਰੋਫਿਟੇਬਲ ਬਿਜ਼ਨਸ ਹੋ ਸਕਦਾ ਹੈਗਾ ਇਹ ਵੀ ਆਪਾਂ ਕਹਿ ਸਕਦੇ ਹੈਗੇ ਹੈ ਨਾ ਹਾਂਜੀ ਗੱਲ ਤਾਂ ਠੀਕ ਹੈ ਵੈਸੇ ਬਾਕੀ ਹੁਣ ਡਾਇਰੈਕਟ ਮੇਲਾ ਕੋਈ ਕਿਤੇ ਆ ਕੋਈ ਕਿਤੇ ਆ ਹੁਣ ਜੇ ਅਸੀਂ ਇੱਥੇ ਤੋਂ ਜਾਂਦੇ ਹਾਂ ਮੇਲੇ ਦੇ ਸੇਲ ਹੋਵੇ ਨਾ ਹੋਵੇ ਅਸੀਂ ਲੈ ਕੇ ਚਲੇ ਜਾਈਏ ਮੁਸ਼ਕਿਲ ਹੋ ਜਾਂਦਾ ਉੱਥੇ ਹੈ ਨਾ ਚਲੋ ਤੁਹਾਡਾ ਅਸੀਂ ਟਾਈਮ ਲਿਆ ਜੀ ਬੜਾ ਕੀਮਤੀ ਸਮੇਂ ਜੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਦੋਸਤੋ ਫਿਰ ਆਪਾਂ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਮਿਲਾਂਗੇ ਜੇ ਤੁਹਾਨੂੰ ਇਹ ਵੀਡੀਓ ਤੁਸੀਂ ਦੱਸਣਾ ਜੀ ਕਿਵੇਂ ਦਾ ਲੱਗਿਆ ਹੋਰ ਬੀ ਕੀਪਿੰਗ ਦੇ ਉੱਪਰ ਹੋਰ ਵੀ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੋਏਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਲਿਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ